ਸਸ਼ਿਕਾਲ ਕਮ ਬੈਕ ਟੂ ਆਰ ਚੈਨਲ ਤੇ ਹੋਪ ਕਰਦੇ ਆ ਜਿੱਥੇ ਜਿੱਥੇ ਤੁਸੀਂ ਹੋਗੇ ਵਧੀਆ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਅਸੀਂ ਹਾਜ਼ਰ ਹਾਂ ਤੁਹਾਡੇ ਹੀ ਸਾਹਮਣੇ ਤੁਹਾਡੀ ਹੀ ਰეკਮੈਂਡ ਕੀਤੀਆਂ ਵੀਡੀਓਸ ਦੇ ਨਾਲ ਤੇ ਅੱਜ ਦੀ ਵੀਡੀਓ ਹੈ ਔਰ ਅੱਜ ਦੀ ਵੀਡੀਓ ਆ ਜੀ ਫਿਰ ਦੁਬਾਰਾ ਤੋਂ ਪੰਨੀ ਪੰਜਾਬੀ ਡਬਿੰਗ ਪੰਜਾਬੀ ਡਬਿੰਗ ਦੇ ਨਾਲ ਨਾਲ ਆ ਜੀ ਇਹ ਫਨੀ ਫੇਲਸ ਤੇ ਪਹਿਲਾਂ ਵੀ ਅਸੀਂ ਇਹਦੇ ਉੱਤੇ 3-4 ਵੀਡੀਓ ਬਣਾਈਆਂ ਆ ਬਹੁਤ ਵਧੀਆ ਰਿਸਪੌਂਸ ਆਇਆ ਤੇ ਹੋਰ ਡਿਮਾਂਡ ਸੀ ਕਾਫੀ ਕਮੈਂਟ ਦੇ ਵਿੱਚ ਡਿਮਾਂਡ ਆਈ ਕਿ ਇਹੋ ਜਿਹੀਆਂ ਵੀਡੀਓਜ਼ ਹੋਰ ਲੈ ਕੇ ਆਓ ਤੇ ਸੋ ਅਸੀਂ ਵੀਡੀਓ ਲੈ ਕੇ ਹਾਜ਼ਰ ਆ ਤੇ ਕਰਦੇ ਹਾਂ ਵੀਡੀਓ ਸਟਾਰਟ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜਾ ਜਿਹੜਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੇ ਸਾਡੇ ਚੈਨਲ ਤੇ ਨਏ ਆ ਪਲੀਜ਼ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨ ਕਿਉਂਕਿ ਅਸੀਂ ਲੈ ਕੇ ਆਏ ਤੁਹਾਡੀਆਂ ਰეკਮੈਂਡ ਕੀਤੀਆਂ ਵੀਡੀਓਜ਼ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿਹੜੇ ਵੀਡੀਓ ਪ੍ਰੋਪਰ ਰਿਐਕਸ਼ਨ ਲੈ ਕੇ ਆਈਏ ਤਾਂ ਸੋ ਜਲਦੀ ਅਸੀਂ ਤੁਹਾਡੇ ਕੀਤੀਆਂ ਹੋਈਆਂ ਰეკਮੈਂਡ ਕੀਤੀਆਂ ਵੀਡੀਓਜ਼ ਤੋਂ ਰਿਐਕਸ਼ਨ ਲੈ ਕੇ ਆਵਾਂਗੇ ਸੋ ਇਸੇ ਕਰਕੇ ਕਰ ਲਓ ਤੁਸੀਂ ਸਬਸਕ੍ਰਾਈਬ ਜੋ ਕਿ ਬਿਲਕੁਲ ਹੈ ਫ੍ਰੀ ਤੇ ਬਹੁਤੇ ਗੱਲ ਨਾ ਕਰਦੇ ਹੋਏ ਸ਼ੁਰੂ ਕਰਦੇ ਆਪਾਂ ਵੀਡੀਓ ਨਾਜ਼ਰੀਨ ਫਾਦਰ ਮੁੰਡੇ ਨੂੰ ਕਹਿ ਰਿਹਾ ਵੀ ਕੁੜੀ ਨੂੰ ਮੌਕੇ ਦੇ 5 ਲੱਖ ਰੁਪਇਆ ਕਮਹਿਰ ਦੇ ਦੇ ਤੇ ਮੁੰਡਾ ਇਹ ਸੁਣ ਕੇ ਮੌਕੇ ਤੇ ਜਾ ਪਿਆ ਮੁੰਡੇ ਨੇ ਸੋਚਿਆ ਵੀ ਮੈਂ ਤਾਂ ਆਪਣੇ ਘਰ ਟੈਂਟ ਵੀ ਧਾਰੇ ਲਵਾਏ ਆ ਤੇ ਇਹਨੇ ਮੈਨੂੰ 5 ਲੱਖ ਮੰਗ ਲਏ ਤੁਲਣ ਵਿਚਾਰੀ ਨੂੰ ਟੈਨਸ਼ਨ ਪੈ ਗਈ ਹੁਣ ਮੁੰਡੇ ਦੇ ਕੰਨ 'ਚ ਕਹਿ ਰਹੀ ਆ ਤੂੰ ਭਾਈ 5-5 ਰੁਪਏ ਕਰਕੇ ਦੇ ਦੇ ਨਾਜ਼ਰੀਨ ਇਹ ਬੱਚਾ ਐਡੀ ਅੱਛੀ ਸਕੇਟਿੰਗ ਕਰਦਾ ਹੈ ਲੋਕੀ ਕਹਿੰਦੇ ਨੇ ਕਿ ਸਕੇਟਿੰਗ ਕਰਦਾ ਦੋ ਦੋ ਮਕਾਨ ਟੱਪ ਜਾਂਦਾ ਹੈ ਤੇ ਇਹ ਵੇਖੋ ਮਕਾਨ ਟੱਪਣ ਲੱਗਾ ਇਹ ਹੈ ਸ਼ਾਇਰ ਹੈ ਲਓ ਨਾਜ਼ਰੀਨ ਅੱਗੇ ਕੰਧ ਨਾ ਹੁੰਦੀ ਤੇ ਇਸ ਬੱਚੇ ਨੇ ਮਕਾਨ ਟੱਪ ਜਾਣਾ ਇਸੇ ਹੀ ਵੇਲੇ ਕੰਧ ਢਾਉਣ ਚਲਾ ਗਿਆ ਸੀ ਲਓ ਜੀ ਇਹਨਾਂ ਪਾਗਲ ਦੇ ਪੁੱਤਰਾਂ ਨੂੰ ਕਿਸੇ ਨੇ ਇਹ ਕਹਿਤਾ ਵੀ ਇਹਨੂੰ ਤੇਜ਼ ਘੁਮਾਈਏ ਤੇ ਬੰਦਾ ਗਾਇਬ ਹੋ ਜਾਂਦਾ ਮੇਰਾ ਖਿਆਲ ਨਾਜ਼ਰੀਨ ਨੇ ਇਹਨਾਂ ਨੂੰ ਕਿਹਾ ਕਿਸੇ ਨੇ ਸਾਚੀ ਸੀ ਵੇਖ ਲਓ ਪੰਗੂੜੇ ਚੋਂ ਇੱਕ ਬੰਦਾ ਗਾਇਬ ਹੋ ਗਿਆ ਨਾਜ਼ਰੀਨ ਇਹ ਦੌੜ ਦਾ ਮੁਕਾਬਲਾ ਇਹ ਨਾ ਸਮਝੋ ਕੋਈ ਵੱਡੀ ਦੀ ਸ਼ੈ ਲੈਣ ਜਾ ਰਹੇ ਕੁੱਤੇ ਨੇ ਇੱਕ ਮੁੰਡੇ ਦੀ ਲੱਤ ਨੂੰ ਪੈ ਕੇ ਕਿਹਾ ਓਏ ਤੂੰ ਹਰ ਵਾਰੀ ਦੌੜ 'ਚ ਜਿੱਤ ਜਾਂਦਾ ਅੱਜ ਕਿਸੇ ਹੋਰ ਨੂੰ ਵੀ ਜਿੱਤ ਲੈ ਕੁੱਤੇ ਨੇ ਫਿਰ ਰਬੀਨਾ ਫੱਫੇ ਕੁੱਟਣੀ ਜਿਤਾ ਦਿੱਤੀ ਨਾਜ਼ਰੀਨ ਤਾਣੀਆਂ ਦੀ ਤੇ ਭੋਲੇ ਦੀ ਸ਼ਾਦੀ ਹੋ ਰਹੀ ਹੈ ਔਰ ਮੈਂ ਤੁਹਾਨੂੰ ਦੱਸਦਾ ਚਲਾਂ ਵੀ ਮੀਆਂ ਬੀਵੀ ਜ਼ਿੰਦਗੀ ਦੀ ਗੱਡੀ ਦੇ 2 ਪਹੀਏ ਹੁੰਦੇ ਨੇ ਅਗਲਾ ਪਹੀਆ ਤਾਂ ਕੰਜ ਵੱਜ ਗਿਆ ਲਓ ਜੀ ਭੋਲੇ ਵਿਚਾਰੇ ਦੇ ਇਕੱਲੇ ਲੱਕ 'ਚ ਸੱਟ ਲੱਗੀ ਹੈ ਤੇ ਮਾਂ ਉਹਦੀ ਜ਼ਿਹਨੀ ਤੌਰ ਤੇ ਉਹਨੂੰ ਫੌਤ ਕਰਕੇ ਰਿਸ਼ਤੇਦਾਰਾਂ ਨਾਲ ਅਫਸੋਸ ਵੀ ਕਰੀ ਜਾ ਰਹੀ ਹੈ ਸੀਤੇ ਲਾਣ ਕਰਾਉਣ ਵੀ ਚਲੀ ਗਈ ਪਰ ਨਿਕਾਹ ਪੜਾਉਣ ਵਾਲੇ ਨੇ ਕਿਹਾ ਵੀ ਹੌਸਲਾ ਕਰੋ ਭੋਲੇ ਦੀ ਹੱਡੀ ਪਸਲੀ ਬਚ ਗਈ ਲੇਕਿਨ ਮੋਬਾਈਲ ਦੀ ਐਲਸੀਡੀ ਟੁੱਟ ਗਈ ਹੁਣ ਵੇਖੋ ਨਾਜ਼ਰੀਨ ਦੁਨੀਆ ਦਾ ਆਖਰੀ ਅਕਲਮੰਦ ਇਨਸਾਨ ਇੱਥੇ ਰੱਖ ਇਹੋ ਜਿਹੇ ਬੰਦੇ ਹੁੰਦੇ ਨਾਜ਼ਰੀਨ ਜਿਹੜੇ ਆਪਣੀ ਕੰਧ ਢਾਉਂਦੇ ਨਾਲਦਿਆਂ ਦਾ ਕਮਰਾ ਵੀ ਛੱਡ ਦਿੰਦੇ ਨਾਜ਼ਰੀਨ ਸ਼ਾਦੀ ਦਾ ਨਵਾਂ ਨਵੇਲਾ ਜੋੜਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਿਹਾ ਹੈ ਅਗਲਾ ਲਓ ਜੀ ਇਸ ਕੁੜੀ ਨੇ ਜਿਹੜੀ ਮੁੰਡੇ ਦੀ ਜ਼ਿੰਦਗੀ 'ਚ ਵਿਆਹ ਤੋਂ ਬਾਅਦ ਅੱਗ ਲਾਉਣੀ ਸੀ ਨਾ ਉਹ ਇਹਨੇ ਪਹਿਲੇ ਆਪਣੇ ਫਰਾਕ ਨੂੰ ਲਵਾ ਲਈ ਔਰ ਵਿਚਾਰੀ ਨੇ ਆਪਣਾ ਸੱਜਾ ਮੋਢਾ ਸਾੜ ਲਿਆ ਤੇ ਮੈਨੂੰ ਹੁਣ ਉਮੀਦ ਆ ਵਲੀਮੇ ਵਾਲੇ ਦਿਨ ਤੋਂ ਹੀ ਮੋਢੇ 'ਤੇ ਬਰਫ਼ ਮਲਣੀ ਸ਼ੁਰੂ ਕਰ ਦੇ ਨਾਜ਼ਰੀਨ ਇਹ ਚਾਚੇ ਨੇ ਸੋਚਿਆ ਵੀ ਬੜੀ ਦੁਨੀਆ ਸਕੇਟਿੰਗ ਕਰਦੀ ਆ ਤੇ ਅੱਜ ਮੈਂ ਦੁਨੀਆ ਨੂੰ ਦੱਸ ਦੇਣਾ ਵੀ ਸਕੇਟਿੰਗ ਕਹਿੰਦੇ ਕਿਨੂੰ ਵੇਖੋ ਨਾਜ਼ਰੀਨ ਵਿਚਾਰੇ ਦੀ ਬਾਜ਼ੀ ਤੇ ਇੰਜ ਪਈ ਆ ਜਿਵੇਂ ਭਾਰੀ ਬੋਰੀ ਚੁੱਕ ਨਾ ਚੁੱਕ ਪੈਂਦੀ ਚਾਚੇ ਦੇ ਲੱਕ 'ਚ ਸੱਟ ਲੱਗ ਗਈ ਆ ਤੇ ਬੱਚਿਆਂ ਦੀ ਮੌਜ ਲੱਗ ਗਈ ਆ ਲਓ ਜੀ ਫੈਕਟਰੀ ਦਾ ਇਫਤਤਾਹ ਕਰਨ ਤੋਂ ਬਾਅਦ ਨਾਜ਼ਰ ਫੈਕਟਰੀਓਂ ਨਿਕਲੇ ਆ ਇਧਰੋਂ ਫੈਕਟਰੀਓਂ ਨਿਕਲਿਆ ਤੇ ਨਾਲ ਹੀ ਵਿਚਾਰੇ ਦਾ ਗਿੱਟਾ ਨਿਕਲ ਗਿਆ ਫੈਕਟਰੀ ਤੇ ਚੱਲੀ ਜਾਣੀ ਪਰ ਇਹ ਨਹੀਂ ਚੱਲਣ ਯੋਗ ਕਰਿਆ ਲਓ ਨਾਜ਼ਰੀਨ ਜਿਹਦੇ ਠੂਹੇ ਦਾ ਖਾਨਦਾਨ ਅੰਬ 'ਚ ਹਵਾ ਭਰ ਕੇ ਤੇ ਸਮੁੰਦਰ ਦਾ ਮਜ਼ਾ ਲੈ ਰਿਹਾ ਆ ਜਿੱਡੀ ਮੋਟੀ ਮੱਝ ਹੁਣ ਬਹਿਣ ਲੱਗੀ ਆ ਇਸ ਅੰਬ ਦਾ ਫੂਸ ਹੀ ਨਿਕਲਦਾ ਲੈ ਗਈ ਪੈ ਗਈ ਨਹੀਂ ਲੈ ਗਈ ਪੈ ਗਈ ਇਹ ਸਾਂਟੀ ਨੂੰ ਵੇਖ ਕੇ ਤੇ ਚਿੰਗਜੀ ਵਾਲੇ ਮਾਫੀ ਮੰਗ ਲੈਂਦੇ ਵੀ ਅਸੀਂ ਨਹੀਂ ਭਾਉਣਾ ਸਾਡੀ ਚਿੰਗਜੀ ਅੱਗੋਂ ਚੁੱਕੀ ਜਾਂਦੀ ਜ਼ਿੰਦਗੀ ਕੁਝ ਕਿਛ ਮਾਈ ਮਿੱਠੀ ਨੂੰ ਪਹਿਲੀ ਵਾਰੀ ਕਿਸੇ ਨੇ ਦਾਵਤ ਤੇ ਬੁਲਾ ਲਿਆ ਤੇ ਐਡੀ ਖਾਣ ਦੀ ਇਹਨੂੰ ਕਾਹਲੀ ਪਈ ਕਿ ਵਿਚਾਰੀ ਨੇ ਰੋਟੀ ਖਾਣ ਤੋਂ ਪਹਿਲੇ ਬਾਜ਼ੀ ਖਾ ਲਈ ਨਾਜ਼ਰੀਨ ਕਹਿੰਦੇ ਨੇ ਕਿ ਔਰਤ ਦੀ ਅਕਲ ਗੁੱਤ 'ਚ ਹੁੰਦੀ ਹੈ ਇਹਨੇ ਇਸ ਲਈ ਗੁੱਤ ਕਟਾ ਦਿੱਤੀ ਕਿ ਮੇਰੇ ਕੋਲ ਰਵੇ ਹੀ ਨਾ ਤੇ ਵੇਖ ਲਓ ਆਪਣਾ ਬੈਲੈਂਸ ਕਰਨ ਵਾਸਤੇ ਟੀਵੀ ਨੂੰ ਹਲਾਈ ਜਾ ਰਹੀ ਹੈ ਇੱਥੇ ਰੱਖ ਉਹ ਸੋਚ ਰਹੀ ਵੀ ਲੋਕਾਂ ਨੂੰ ਸਿੱਧੀਆਂ ਤੇ ਮੇਰੇ ਟੀਵੀ ਨੇ ਪੁੱਠੀਆਂ ਖਬਰਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਨਾਜ਼ਰੀਨ ਠੀਕ ਹੀ ਬਾਂਦਰੀ ਦੀ ਤਕਰੀਰ ਸੁਣਨ ਵਾਸਤੇ ਮਾਜਾ ਸ਼ੂਕਰ ਵੀ ਆ ਗਿਆ
ਤੇ ਕੋਈ ਵਾਕਫ ਜਿਹੀ ਕੁਰਸੀ ਲੱਭ ਰਿਹਾ। ਮਾਝੇ ਛੂਕਰ ਨੂੰ ਵੇਖ ਕੇ ਕੁਰਸੀ ਦਾ ਤਰਾਓ ਹੀ ਨਿਕਲ ਗਿਆ ਵੀ ਇਹਨੇ ਮੇਰੇ ਤੇ ਬਹਿਣਾ। ਸੋਚਿਆ ਵੀ ਇਹਦੇ ਨਾਲ ਡੁੱਬ ਕੇ ਮਰਨਾ ਚੰਗਾ। ਮਾਝਾ ਛੂਕਰ ਹੁਣ ਪਾਣੀ ਚ ਖਲੋ ਕੇ ਨਾਰੇ ਮਾਰੇ चैनक चौक के नारा मारना सी पर चैनक ने कहा पहले पिछे आ मैं तेरे नाल गल करनी। चैनक ने पुंजे सट के कन्न च कहा पुत्र औकात च रही दा। गेंद मार के बोतलां की पिछली कंध भी ढा देनी पर गेंद ने गूठे नूं ऐसी दंदी वड्डी हुई सी कि हथों ही नहीं निकली। हुण गेंद चों गूठा कड्डण लई प्लास लभदा फिरदा। ਨਾਜ਼ਰੀਨ ਮੈਡੀਕਲ ਦੀ ਟੀਚਰ ਸਟੂਡੈਂਟਾਂ ਨੂੰ ਸਮਝਾ ਰਹੀ ਆ ਕਿ ਸ਼ੌਹਰ ਘਸੁੰਡ ਮਾਰ ਕੇ ਆਲੂ ਪਾ ਦੇਵੇ ਤੇ ਉਹਨੂੰ ਕਿਵੇਂ ਠੀਕ ਕਰਨਾ। ਇੱਕ ਸਟੂਡੈਂਟ ਨੇ ਖਿੜਕੀ ਤੋਂ ਬਾਹਰ ਡਿੱਗ ਕੇ ਟੀਚਰ ਨੂੰ ਪੁੱਛਿਆ ਬਈ ਜੇ ਏਦਾਂ ਡਿੱਗ ਕੇ ਆਲੂ ਪਿਆ ਹੋਵੇ ਤੇ ਉਹ ਠੀਕ ਕਰਨਾ ਵੀ ਦੱਸ। ਬਾਕੀ ਸਾਰੇ ਸਟੂਡੈਂਟ ਨੂੰ ਦਵਾ ਦਵ ਦੱਸਣ ਲੱਗ ਪਏ ਨੇ ਕਿ ਇਹ ਪਿਛਲੇ ਹਫ਼ਤੇ ਮਿਸ ਨੇ ਦੱਸ ਦਿੱਤਾ। ਲਓ ਜੀ ਅੱਬਾ ਪੁੱਤਰ ਨੂੰ ਨਾਲ ਲੈ ਕੇ ਤੇ ਬਿਜਲੀ ਦੇ ਖਿਲਾਫ਼ ਜਲੂਸ ਕੱਢਣ ਜਾ ਰਹੇ ਹੈ। ਇੱਥੇ ਰੱਖ ਆਪਣਾ ਜਲੂਸ ਨਿਕਲ ਗਿਆ। ਇਹਨੇ ਕੀ ਬਿਜਲੀ ਦੇ ਖਿਲਾਫ਼ ਜਲੂਸ ਕੱਢਣਾ, ਇਹਦੀ ਆਪਣੀ ਬੈਟਰੀ ਚਾਰਜ ਹੋਣ ਵਾਲੀ ਹੋਈ। ਲਓ ਜੀ ਜ਼ਿਲ੍ਹੇ ਮਿਸਤਰੀ ਨੇ 5 ਦਿਨ ਲਾ ਕੇ ਅਲਮਾਰੀ ਬਣਾ ਲਈ ਹੈ। ਅਲਮਾਰੀ ਜੋੜਦੇ ਆ, ਮੈਨੂੰ ਲੱਗਦਾ ਇਹਨੇ ਥੋਕਣਾ ਜੋੜ ਲਿਆ। ਚੱਲ ਬਈ ਸ਼ਹਿਜ਼ਾਦੇ ਚਵਲ ਇੰਨੇ ਨਸ਼ੇ ਜੇ ਆ ਕੇ ਇਹ ਸਮਝਣ ਦਿਆ ਵੀ ਮੈਂ ਫਟੇ ਤੇ ਬਹਿ ਕੇ ਥੱਲੇ ਆਇਆ। ਇਹ ਤਾਂ ਪਿੱਛੋਂ ਫਟੇ ਨੇ ਆ ਕੇ ਕਿਹਾ ਮਰੇ ਮੈਨੂੰ ਉੱਤੋਂ ਤੇਰੇ ਪਿਓ ਨੇ ਲੈ ਕੇ ਆਉਣਾ। ਐਡਾ ਜੰਪ ਤੇ ਸਰਤਾਰ ਆਈ ਦਾ ਘੋੜਾ ਨਹੀਂ ਸੀ ਲਾਉਂਦਾ ਜਿੱਡਾ ਜੰਪ ਇਸ ਜਵਾਨ ਨੇ ਆਇਸ ਕਾਰ ਦਾ ਲਵਾਤਾ। ਹੁਣ ਖਲੋਤਾ ਸੋਚਣ ਦਿਆ ਸ਼ੁਕਰ ਆ ਦੰਦ ਨਿਕਲੇ ਆ ਪੈਸੇ ਨੇ ਡਿੱਗ ਪਏ। ਲਓ ਨਾਜ਼ਰੀਨ ਗੋਗੇ ਮੂੰਹ ਫੱਟ ਨੂੰ ਸਮੁੰਦਰ ਚ 200 ਕਿਲੋ ਦੀ ਮੱਛੀ ਲੱਭ ਗਈ ਆ। ਪਹਿਲੇ ਕੱਲਾ ਖਿੱਚਦਾ ਰਿਹਾ ਤੇ ਹੁਣ ਕਿਸੇ ਦਾ ਸਕੂਟਰ ਲੱਭ ਲਿਆ। ਓਏ ਚਵਲਾ ਓਏ ਮਸੂਮ ਜਿਹਾ ਸਕੂਟਰ ਤੈਨੂੰ ਕੱਲੇ ਨੂੰ ਖਿੱਚ ਲੈਂਦਾ, ਬੜੀ ਗੱਲ ਸੀ ਤੂੰ ਨਾਲ ਮੱਛੀ ਵੀ ਬੰਨ ਲੈ। ਚੱਲ ਮੇਰਾ ਪੁੱਤਰ ਹੁਣ ਕੋਈ ਟਰੈਕਟਰ ਮੰਗਾ ਜਿਹੜਾ ਮੱਛੀ ਖਿੱਚੇ ਤੇ ਨਾਲ ਤੈਨੂੰ ਵੀ ਖਿੱਚੇ। ਬੰਦਾ ਇਸ ਚਵਲ ਨੂੰ ਇਹ ਪੁੱਛੇ ਮਾਮਾ ਇੱਧਰ ਨੂੰ ਤੇਰੇ ਘਰ ਨੂੰ ਸੜਕ ਜਾਂਦੀ। ਨਾਜ਼ਰੀਨ ਇਹੋ ਜਿਹੇ ਬੰਦੇ ਹੁੰਦੇ ਜਿਨ੍ਹਾਂ ਦੇ ਬਾਰੇ ਮਸ਼ਹੂਰ ਹੁੰਦਾ ਕਿ ਜਦੋਂ ਇਹਨਾਂ ਕੋਲ ਪੈਸੇ ਆ ਜਾਂਦੇ ਤਾਂ ਅੰਨੇ ਹੋ ਜਾਂਦੇ। ਇਸ ਭਾਈ ਨੂੰ ਬੜਾ ਦੁੱਖ ਸੀ ਕਿ ਬੁੱਢੀ ਨੇ ਇਹਨੂੰ ਆਪਣੀ ਪਸੰਦ ਦੀ ਸ਼ਰਟ ਪਵਾ ਦਿੱਤੀ, ਪਰ ਵੇਖ ਲਓ ਉਹਨੇ ਕੈਸੇ ਬਹਾਨੇ ਨਾਲ ਸ਼ਰਟ ਖਰਾਬ ਕੀਤੀ। ਇਸ ਵਿਚਾਰੇ ਨੇ ਡਿੱਗਣਾ ਨਹੀਂ ਸੀ, ਉਹ ਪਿੱਛੋਂ ਭਾਈ ਨੇ ਆਵਾਜ਼ ਦਿੱਤੀ ਉਹ ਤੇਰੀ ਬੁੱਢੀ ਮਰ ਗਈ ਤੇ ਖੁਸ਼ੀ 'ਚ ਫੁੱਟ ਗਿਆ। ਬੰਦਾ ਇਸ ਤਖਤੀ ਦੇ ਮੂੰਹ ਵਾਲੇ ਨੂੰ ਇਹ ਪੁੱਛੇ ਵੀ ਜਿਹਨੇ ਏਡੀ ਵੱਡੀ ਕੋਠੀ ਬਣਾਈ ਉਹਨੇ ਪੌੜੀਆਂ ਨਹੀਂ ਲਾਈਆਂ ਖੋਣੀਆਂ, ਤੂੰ ਉਧਰੋਂ ਦੀ ਥੱਲੇ ਉਤਰੇ ਆ, ਏਦਾਂ ਤੂੰ ਸਪਾਈਡਰਮੈਨ ਦਾ ਬੱਚਾ ਰਹਿੰਦਾ ਨੀ, ਹੁਣ ਜੀ ਸੱਟਾਂ ਲਵਾ ਕੇ ਤੂੰ 15 ਦਿਨ ਬਿਸਤਰ ਤੇ ਬਹਿ ਕੇ ਰੇਡੀਓ ਸੁਣਨਾ। ਲਓ ਨਾਜ਼ਰੀਨ ਐਸ ਉਮਰੇ ਬਜ਼ੁਰਗ ਅਕਸਰ ਲੋਕਾਂ ਕੋਲੋਂ ਦਵਾਵਾਂ ਲੈਂਦੇ ਆ ਤੇ ਐ ਬਾਬਾ ਪੰਗੇ ਲੈ ਰਹੇ ਆ, ਉਹ ਵੀ ਪੈਰੋਂ ਨੰਗੇ ਲੈ ਰਿਹਾ। ਲਓ ਨਾਜ਼ਰੀਨ ਬਾਬੇ ਨੇ ਸਰਕਾਰੀ ਪੈਰ ਨੂੰ ਇੰਜ ਜੱਫਾ ਪਾ ਲਿਆ ਜਿਵੇਂ ਇਹਦਾ ਹੈ। ਵਾਹ ਵੀ ਵਾਹ, ਕਿਆ ਕਹਿਣੇ ਤੇਰੇ, ਮਾਰਚ ਲੰਘ ਜਵਾਨਾਂ। ਨਾਜ਼ਰੀਨ
ਲਾ ਨਾਜ਼ਰੀਨ ਇਸ ਕੁੱਤੇ ਦੇ ਬੱਚੇ ਦਾ ਮਾਲਕ ਇਸ ਬੱਚੇ ਨੂੰ ਪਿੰਜਰੇ 'ਚ ਬੰਦ ਕਰਕੇ ਤੇ ਆਪ ਧੋਤੀ ਤੇ ਕਢਾਈ ਕਰਵਾਉਣ ਚਲਾ ਗਿਆ। ਹੁਣ ਕੁੱਤੇ ਦੇ ਬੱਚੇ ਨੇ ਵੀ ਜਾਨ ਦੀ ਬਾਜ਼ੀ ਲਾਉਣ ਦਾ ਸੋਚ ਲਿਆ ਤੇ ਮੈਨੂੰ ਲੱਗਦਾ ਇਹਦੇ ਬਾਹਰ ਨਿਕਲਣ ਦੀ ਬਜਾਏ ਇਹਦੀ ਜਾਨ ਨਿਕਲ ਜਾਣੀ ਤੇ ਦੂਸਰੇ ਕੁੱਤੇ ਦੇ ਬੱਚੇ ਦੀ ਕੋਸ਼ਿਸ਼ ਆ ਮੈਨੂੰ ਕਿਤੋਂ ਪਲਾਸ ਲੱਭ ਜਾਵੇ। ਇਹ ਅੱਛਾ ਵੈ ਥੈਂਕ ਯੂ ਹੈਲੋ ਨਾਜ਼ਰੀਨ ਪਾਕਿਸਤਾਨੀ ਸਿਸਟਰ ਦੀ ਤਰ੍ਹਾਂ ਜਿਹਨੇ ਮਿਹਨਤ ਕੀਤੀ ਉਹ ਵਿਚਾਰਾ ਫਸ ਗਿਆ ਤੇ ਦੂਆ ਮੇਰਾ ਖਿਆਲ ਲਕਸ਼ੇ ਤੱਕ ਪਹੁੰਚ ਗਿਆ ਹੁਣ अपनी पेंट बंदी करनी भूल गए सारी दिहाड़ी एक हाथ पेंट नहीं रखेगा। लाओ नाज़रीन कमजोर अली खान साहब के दोवे बच्चे फर्श से बनी पियानो के उत्ते लोगों नूं बाबरी चकोरी गाना सुना रहा है। लाओ नाज़रीन खान साहब के दोवे बच्चे नूं सुर लड़ गया आंटी शमीम ने अपने छोटे मुंडे गुड्डू की मोटरसाइकिल लैके एक मिनट के बच्चे इतों लारी अड्डे पहुंचना है वेखो पहुंचती कि नहीं और अगों पता नहीं इलाके का ना दम आ रहा नहीं नहीं ये तो कोई जानवर जॉगिंग कर रहा आंटी उसे बज गई है क्या कहने बी है ये बंदा नाज़रीन पर काम ए बंदर ले हां बी कोई होर तो नहीं है नाल का बंदर आओ आए लाओ जी दोवे भरा बैठे सोचन दे ने भी औलाद जवान हो गई हुण मकान दे हिस्से कर ली एक हिस्सा ही जा पिया जी तुसीं मकान दे की हिस्से करने पहले आ झूला दे विच होना इतने बह के तुसीं मकान दे हिस्से करन दा सोचदे रहिंदे आ छोटा भरा बेचारा सोचन दिया भी मैं वड्डे नाल जदों हिस्से की गल कीती इहनूं नाल ही गशी पै जांदी वाह बई वाह ओ बल्ले जवान अपने आपे नाल वड्डी मोटरसाइकिल खड़ी लो नाज़रीन इस बंदे को एक मछली है मैनू पा के नौ जने खाने ले और सब तो वड्डा हिस्सा जवान अपना लाउन दिया क्योंकि इन विटामिन दे नाल एहसास दी भी कमी हुई एल हो गया जी इहदा हिस्सा इस भाई नूं अपने दोस्तां दा हिस्सा ते याद अगले दा हिस्सा याद नहीं वेख लो नाज़रीन शेख साहब बूट तां खराब करवा ले पर हिस्सा हथों नहीं जान दित्ता चल ऐ फिर ਜਿਹੜਾ ਮਿਹਨਤ ਕਰਦਾ ਵਿਚਾਰਾ ਉਹਦੇ ਪਸਿਆ ਰਹਿੰਦਾ ਜਿਹੜਾ ਫਾਇਦਾ ਦੂਜੇ ਨੂੰ ਮਿਲ ਜਾਂਦਾ ਪਰ ਮਤਲਬ ਫੇਰ ਦੁਬਾਰਾ ਇੱਥੇ ਗੱਲ ਕਰਨੀ ਬਣਦੀ ਯਾਰ ਨਾਮ ਪਤਾ ਨਹੀਂ ਕਿੱਥੋਂ ਲਿਆਉਂਦੇ ਆ ਗੱਡ ਗੱਡ ਕੇ ਵੀ ਮਤਲਬ ਇੱਕ ਤੇ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਨਾਮ ਪਤਾ ਕਿੱਥੇ ਲਿਆਉਂਦੇ ਜਿੱਥੋਂ ਆਪਣੇ ਨਾ ਪੰਜਾਬੀ ਸਿੰਗਰ ਨਹੀਂ ਪ੍ਰੀਤੋ ਬਿੱਲੋ ਹਨਾ ਉਹ ਨਾਮ ਹੋਵੇ ਦੇ ਉਹ ਵੀ ਕੱਢ ਲੈਂਦੇ ਆਪਣੇ ਸਿੰਗਰ ਲਿਆਉਂਦੇ ਪ੍ਰੀਤੋ ਮੂੰਹ ਫਟ ਇਹੋ ਜਿਹੇ ਦੇ ਨਾਂ ਆ ਤੇ ਮਤਲਬ ਇੱਕ ਜਿਹੜਾ ਵੀਡੀਓ ਦਾ ਕੰਟੈਂਟ ਆ ਜਿਹੜਾ ਮੇਨ ਕੰਟੈਂਟ ਆ ਕਿ ਜਿਹੜੇ ਫਨੀ ਫੇਲਸ ਹੁੰਦੇ ਆ ਹਨਾ ਉਹ ਤੇ ਆਪਣੇ ਆਪ ਦੇ ਵਿੱਚ ਹਾਸਾ ਹੈ ਹੀ ਹੈ ਉਸ ਤੋਂ ਬਾਅਦ ਉਹ ਕਰੈਕਟਰ ਦੇ ਹਿਸਾਬ ਦੇ ਨਾਲ ਉਹਦਾ ਨਾਮ ਰੱਖ ਦੇਣਾ ਹੈ ਨਾ ਅਤੇ ਔਰ ਜਿਹੜਾ ਡਾਇਲੋਗ ਆ ਉਹ ਵੀ ਉਸੇ ਤਰੀਕੇ ਦਾ ਹੀ ਹੋਣਾ ਮਤਲਬ ਬਾ ਕਮਾਲ ਬੜੇ ਬਰੀਕ ਸੋਚ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਬਣਾ ਕੇ ਹੈ ਨਾ ਪਹਿਲਾਂ ਇਹਨੂੰ ਸਕ੍ਰਿਪਟ ਨੂੰ ਲਿਖਣਾ ਵੀਡੀਓ ਲੱਭਣੀ ਫਿਰ ਉਸ ਹਿਸਾਬ ਨਾਲ ਸਕ੍ਰਿਪਟ ਨੂੰ ਲਿਖਣਾ ਫਿਰ ਉਹਨੂੰ ਡਬ ਕਰਨਾ ਉਹਨੂੰ ਬਣਾਉਣਾ ਕਟਿੰਗ ਕਰਕੇ ਐਡਿਟ ਕਰਕੇ ਫਿਰ ਉਹ ਨੈੱਟ ਦੇ ਉੱਤੇ ਪਾਉਣੀ ਬਹੁਤ ਬੜਾ ਮਿਹਨਤ ਦਾ ਕੰਮ ਆ ਪਰ ਜਿਨ੍ਹਾਂ ਦੇ ਨਾ ਜਿਨ੍ਹਾਂ ਦੀ ਜਿਨ੍ਹਾਂ 'ਚ ਹੀ ਉਮਰ ਹੁੰਦਾ ਉਹ ਆਪਣੇ ਆਪ ਹੀ ਗੱਲਾਂ ਨਿਕਲ ਜਾਂਦੀਆਂ ਆਪਣੇ ਆਪ ਹੀ ਨਿਕਲ ਜਾਂਦੀਆਂ ਹਾਂ ਕਿਉਂਕਿ ਉਹਨਾਂ ਇਹਨਾਂ ਕੋਲ ਤਾਂ ਐਕਸਪੀਰੀਅੰਸ ਹੀ ਬਹੁਤ ਜ਼ਿਆਦਾ ਨਾ ਅਤੇ ਮਤਲਬ ਇਹਨਾਂ ਨੂੰ ਕੁਛ ਲਿਖਣ ਦੀ ਲੋੜ ਨਹੀਂ ਪੈਂਦੀ ਬਸ ਵੇਖਦੇ ਆ ਸਾਰ ਹੀ ਜਿਹੜੀ ਆ ਇੱਕ ਵਾਰੀ ਵੀਡੀਓ ਵੇਖੀ ਹੋਈ ਦੂਸਰੀ ਵਾਰ ਇਹਨਾਂ ਆਪਣੇ ਆਪ ਹੀ ਜਿਹੜਾ ਆ ਉਹ ਕਰ ਦੇਣਾ ਬਾ ਕਮਾਲ ਆ ਬਹੁਤ ਵਧੀਆ ਓਰੀਜਨਲ ਵੀਡੀਓ ਅਤੇ ਚੈਨਲ ਦਾ ਜਿਹੜਾ ਲਿੰਕ ਆ ਉਹ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ ਤੁਸੀਂ ਉੱਥੇ ਜਾ ਕੇ ਓਰੀਜਨਲ ਵੀਡੀਓ ਵੀ ਵੇਖ ਸਕਦੇ ਹੋ ਔਰ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਸੋ ਇਹ ਸੀਗੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀ ਬਹੁਤ ਪਸੰਦ ਆਈ ਹੋਏਗੀ ਕਿਉਂਕਿ ਹੈ ਹੀ ਨਹੀਂ ਵਧੀਆ
ਸੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ, ਫਿਰ ਤੁਹਾਡੀ ਪਸੰਦ ਦੀ ਕੋਈ ਵੀਡੀਓ ਲੈ ਕੇ ਫਿਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਤਦ ਤੱਕ ਸਤਿ ਸ਼੍ਰੀ ਅਕਾਲ।